मन मेरे मन मेरे हर दिनो सला आओ सर गल के जब ये मन मेरे मन मेरे हर दिनो सला मन मेरे जपो सारे मन मेरे करते नो सला करते नो सला मन मन मेरे जप सारे मन मेरे करते नो सला करते नो सला कैसा संजय जी हो मन मेरे करते नो सला इस घर पे आके जो उस वाहेगुरु के उस मालिक के चरणों में आना है इतने आके की कुछ करना है सच्चे पातशाह कहते आइदर इफ यू वांट टू लर्न एनीथिंग ऑन दिस प्लैनेट इस अर्थ पे इस प्लैनेट पे जे कोई तो डिसिप्लिन सीखना है when you are in front of your teacher when you just reach when you are meet the teacher you have to forget what you have learned all the study tenu sara kuch bhulna pehna hai sara kuch visarna pehna hai zindagi de vichon sab to pehla aake us malik de jatte jadon tu tap pavenga na ते एको एक अरदास करनी है सच्चे पातशाह ना मैनू सिमरन करना आंदा है ना मैनू जिंदगी जीवन का ढंग आंदा है सच्चे पातशाह मैनू कोई सियाणप नहीं मैनू किसी चीज का पता नहीं मैं तेरे दर ते आके ढह पिया सबे छड सियाणपां सारिया चीजा सारिया सियाणपां छड के अपने आप नू जीरो करके इस जिंदगी दे विच कि सच्चे पातशाह मैं जीरो हाँ मैं कुछ पता नहीं जदों इस दर ते आके फिर ये अरदास करांगे ना ते फिर सतगुरु सच्चे पातशाह बख्शिश करेगा आओ सारे रल के उस धरते नूं सलाईए ते किवें सलाउणा है सारियां सियाणपां सारियां चतराईयां छड के आओ उस मालक दे दर ते ढह पईए सारे रल के जपिओ जी मन मेरे मन मेरे मन
Thank you.
Yeah.
ਇੱਥੇ ਆ ਕੇ ਸਾਰੀਆਂ ਚਤਰਾਈਆਂ ਸਾਰੀਆਂ ਸਿਆਣਪਾਂ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ ਤੁੱਠਾ ਸਾਹਿਬ ਜੋ ਦੇਵੈ ਸੋਈ ਕਿਰਪਾਈਆਂ ਇਸ ਦਰ ਤੇ ਆ ਕੇ ਅਸੀਂ ਆਪਣੀਆਂ ਸਾਰੀਆਂ ਸਿਆਣਪਾਂ ਛੱਡਣੀਆਂ ਨੇ ਸਾਰੀਆਂ ਚਤਰਾਈਆਂ ਛੱਡਣੀਆਂ ਨੇ ਜਿਹੜੀ ਪਹਿਲੀ ਪੰਕਤੀ ਹੈ ਨਾ ਸ਼ਬਦ ਦੀ ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਨਾ ਜਾਓ ਉਹਨਾਂ ਸਾਰੀਆਂ ਗੱਲਾਂ ਨੂੰ ਵਿਸਾਰਨਾ ਹੈ ਤੇ ਉਸ ਇੱਕ ਨੂੰ ਚਿੱਤ ਵਿੱਚ ਲਿਆਉਣਾ ਹੈ ਆਪਾਂ ਰੋਜ਼ ਪੜ੍ਹਦੇ ਹਾਂ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਉਹ ਜਿਹੜੇ ਅਵਰ ਕਾਜ ਨੇ ਨਾ ਉਹ ਵਿਸਾਰਨੇ ਨੇ ਸਭੇ ਗੱਲਾਂ ਵਿਸਰਨ ਉਹ ਅਵਰ ਕਾਜ ਸਾਨੂੰ ਵਿਸਰ ਜਾਣ ਜੇ ਐਗਜ਼ਾਮਪਲ ਲਈਏ ਕਿਹੜੇ ਕਾਜ ਵਿਸਾਰਨੇ ਨੇ ਸੱਚੇ ਪਾਤਸ਼ਾਹ ਕਹਿੰਦੇ ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਇੱਦਾਂ ਦੇ ਕਾਰਨ ਸਾਨੂੰ ਵਿਸਰ ਜਾਣ ਸਾਡੀ ਜ਼ਿੰਦਗੀ ਦੇ ਵਿੱਚੋਂ ਜਦੋਂ ਇਹ ਚੀਜ਼ਾਂ ਮਨਫੀ ਹੋ ਜਾਣਗੀਆਂ ਮਾਈਨਸ ਹੋ ਜਾਣਗੀਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਕਿਉਂਕਿ ਇਹ ਜਿਹੜਾ ਸ਼ਬਦ ਹੈ ਨਾ ਇਹ ਸ਼ਬਦ ਸਾਡੀ ਜ਼ਿੰਦਗੀ ਦਾ ਸਾਰ ਹੈ ਇਹ ਜ਼ਿੰਦਗੀ ਦਾ ਤੱਤ ਗਿਆਨ ਹੈ ਇਹ ਜਿਹੜਾ ਸ਼ਬਦ ਹੈ ਜਦੋਂ ਅਸੀਂ ਉਹ ਇੱਕ ਆਸ ਦੀ ਇੱਕ ਦੀ ਆਸ ਕਰਾਂਗੇ ਸਭੇ ਆਸਾਂ ਲਾਹੇ ਕੇ ਇੱਕਾ ਆਸ ਕਮਾਓ ਜਦੋਂ ਇੱਕ ਦੀ ਆਸ ਇੱਕ ਪਿਆਰੇ ਦੀ ਆਸ ਸਾਡੀ ਜ਼ਿੰਦਗੀ ਦੇ ਵਿੱਚ ਬਣ ਜਾਵੇਗੀ ਤੇ ਗੁਰੂ ਪਿਆਰਿਓ
ਸਾਡੀ ਜ਼ਿੰਦਗੀ ਜਿਹੜੀ ਹੈ ਨਾ ਉਸ ਆਸ ਦੇ ਨਾਲ ਗ੍ਰੇਟੈਸਟ ਹੋਣ ਲੱਗ ਪਵੇਗੀ ਉਹਦੀ ਬਖਸ਼ਿਸ਼ ਦੇ ਨਾਲ ਅਨੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਮ ਏਤ ਭਰਮ ਭੁਲਾਇਆ ਇਹਨਾਂ ਜ਼ਿੰਦਗੀ ਦੇ ਵਿੱਚੋਂ ਇਹਨਾਂ ਚੀਜ਼ਾਂ ਨੂੰ ਅਸੀਂ ਛੱਡੀਏ ਜਦੋਂ ਗੁਰੂ ਦੇ ਦਰ ਤੇ ਆ ਕੇ ਅਸੀਂ ਮੱਥਾ ਟੇਕਦੇ ਹਾਂ ਨਾ ਆਪਣੀ ਮੱਤ ਨੂੰ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਰੱਖਦੇ ਹਾਂ ਤੇ ਗੁਰੂ ਦੀ ਮੱਤ ਨੂੰ ਧਾਰਨ ਕਰੀਏ ਆਪਣੀ ਮੱਤ ਉੱਥੇ ਛੱਡ ਦਈਏ ਜਦੋਂ ਅਸੀਂ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਮੱਥਾ ਟੇਕਦੇ ਹਾਂ ਕਰਤੇ ਨੂੰ ਉਦੋਂ ਸਲਾਹਿਆ ਜਾਏਗਾ ਕਰਤੇ ਦੀ ਉਸਤਤ ਉਦੋਂ ਹੋਏਗੀ ਜਦੋਂ ਸਾਡੀ ਮੱਤ ਵਿੱਚੋਂ ਨਿਕਲ ਗਈ ਗੁਰ ਕੀ ਮੱਤ ਤੋਂ ਲੈ ਸਿਆਣੇ ਭਗਤ ਬਿਨਾ ਗੁਰ ਵੇ ਸਿਆਣੇ ਅਸੀਂ ਪੜ੍ਹਦੇ ਹਾਂ ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਵਾਰਕ ਤੇਰੇ ਰੋਜ਼ ਪੜ੍ਹਦੇ ਹਾਂ ਅਰਦਾਸ ਦੇ ਵਿੱਚ ਪਰ ਇਹਨੂੰ ਮੰਨਦੇ ਨਹੀਂ ਆਪਾਂ ਇਹ ਕਹਿੰਦੇ ਹਾਂ ਵੀ ਤੇਰੇ ਅੱਗੇ ਅਰਦਾਸ ਹੈ ਸਾਰੀ ਰਾਸ ਵੀ ਪੂੰਜੀ ਵੀ ਸਾਰੀ ਪਦਾਰਥ ਵੀ ਤੇਰੇ ਦਿੱਤੇ ਨੇ ਉਹਨਾਂ ਪੂੰਜੀ ਤੋਂ ਅਸੀਂ ਅਨੰਦ ਸਾਹਿਬ ਵਿੱਚ ਵੀ ਆਪਾਂ ਇਹੋ ਹੀ ਵਿਚਾਰ ਕੀਤੇ ਕਿ ਰਾਸ ਪੂੰਜੀ ਉਹਦੀ ਦਿੱਤੀ ਹੋਈ ਹੈ ਇਸ ਰਾਸ ਦੇ ਨਾਲ ਅਸੀਂ ਲਾਭ ਪ੍ਰਾਪਤ ਕਰਨਾ ਲਾਹਾ ਕੱਢਣਾ ਵਣਜਾਰ ਕਰਕੇ ਵਣਜ ਕਰਕੇ ਵਪਾਰ ਕਰਕੇ ਪਰ ਅਸੀਂ ਉਸ ਗੱਲ ਨੂੰ ਮੰਨ ਨਹੀਂ ਰਹੇ ਕਿ ਤੂੰ ਠਾਕੁਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਧਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਸੱਚੇ ਪਾਤਸ਼ਾਹ ਤੂੰ ਹੀ ਹੈ ਅਸੀਂ ਤੇਰੇ ਦਰ ਤੇ ਆ ਕੇ ਢਹਿ ਪਏ ਹਾਂ ਜਿਹੜਾ ਆ ਕੇ ਢਹਿ ਪਿਆ ਨਾ ਭਗਤ ਰਵਿਦਾਸ ਜੀ ਵਰਗੇ ਉਹ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਐਸੇ ਗੁਰਸਿੰਘ ਕਹਿੰਦੇ ਸੰਤਨ ਅਵਨ ਨ ਖਾਹੂ ਜਾਨੀ ਬੇਪਰਵਾਹ ਸਦਾ ਰੰਗ ਹਰਕੇ ਜਾ ਕੋ ਪਾਤ ਸੁਆਮੀ ਉਹ ਬੇਮੁਹਤਾਜ ਹੋ ਜਾਂਦੇ ਨੇ ਬੇਪਰਵਾਹ ਹੋ ਜਾਂਦੇ ਨੇ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਉਹ ਪਰਵਾਹ ਨਹੀਂ ਰਹਿੰਦੀ ਉਹਨਾਂ ਨੂੰ ਕਿਸੇ ਦੀ ਕਿਉਂ ਕਿਉਂਕਿ ਕੇਵਲ ਤੇ ਕੇਵਲ ਇੱਕ ਸੱਚੇ ਦੀ ਪਰਵਾਹ ਹੈ ਕਿਉਂਕਿ ਉਹਦੇ ਅੱਗੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ ਹੈ ਫਿਰ ਗੁਰੂ ਕੀ ਕਰਦਾ ਹੈ ਤੇਰੀ ਵੀਕਨੈਸ ਕੱਢ ਦਿੰਦਾ ਹੈ ਜ਼ਿੰਦਗੀ ਦੇ ਵਿੱਚੋਂ ਜਿੰਨੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਗੁਰੂ ਸੱਚੇ ਪਾਤਸ਼ਾਹ ਕਿਉਂਕਿ ਉਹ ਸਮਰੱਥ ਹੈ ਉਹ ਐਸੀ ਬਖਸ਼ਿਸ਼ ਵਾਲਾ ਹੈ ਤੂੰ ਸਮਰੱਥ ਪੁਰਖ ਅਪਾਰ ਸਮਰੱਥ ਗੁਰੂ ਸਿਰ ਹੱਥ ਧਰੇ ਐਸੇ ਸਮਰੱਥ ਗੁਰੂ ਦਾ ਹੱਥ ਸਾਡੇ ਸਿਰ ਤੇ ਹੈ ਜਿਹੜਾ ਜਲ ਦੇ ਵਿੱਚ ਵੀ ਹੈ ਥਲ ਵਿੱਚ ਵੀ ਹੈ ਹਰ ਜਗ੍ਹਾ ਤੇ ਵਰਤ ਰਹੇ ਹੈ ਗੁਰੂ ਪਿਆਰਿਓ ਐਸੇ ਸੱਚੇ ਪਾਤਸ਼ਾਹ ਨੂੰ ਆਪਾਂ ਸ਼ਬਦ ਦੇ ਨਾਲ ਸਲਾਹੀਏ ਜਦੋਂ ਸਲਾਹਾਂਗੇ ਨਾ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਾਂਗੇ ਏਕਸ ਸਿਉ ਮਨ ਮਾਨਿਆ ਤਾਂ ਹੋਵਾ ਨਿਹਚਲ ਚੀਤ ਜਿਹੜਾ ਸਾਡਾ ਚਿੱਤ ਜਿਹੜਾ ਨਾ ਅਖੀਰਲੀਆਂ ਪੰਕਤੀਆਂ ਨੇ ਇਸੇ ਸ਼ਬਦ ਦੀਆਂ ਸਾਡਾ ਚਿੱਤ ਜਿਹੜਾ ਹੈ ਭੱਜਾ ਫਿਰਦਾ ਸੀ ਨਿਹਚਲ ਹੋ ਜਾਂਦਾ ਇੱਕ ਥਾਂ ਤੇ ਟਿਕ ਜਾਂਦਾ ਉਹਦੀ ਅੰਦਰਲੀ ਦੌੜ ਭੱਜ ਖਤਮ ਹੋ ਜਾਂਦੀ ਹੈ ਆਓ ਸਾਰੇ ਰਲ ਕੇ ਫਿਰ ਆਪਾਂ ਇੱਕ ਦੋ ਵਾਰੀ ਇਹਨਾਂ ਹੀ ਪੰਕਤੀਆਂ ਨੂੰ ਸਲਾਹੀਏ ਉਸ ਵਾਹਿਗੁਰੂ ਦੀ ਉਸਤਤ ਦੇ ਵਿੱਚ ਮਨ ਮੇਰੇ ਜਪੋ ਸਾਰੇ ਮਨ ਮੇਰੇ ਕਰਤੇ ਨੂੰ ਸਲਾਹਾ ਮਨ ਮੇਰੇ
Man, 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 man